सब्सक्राइब करें छड़जिकला टाइम टीवी को और लेटेस्ट अपडेट पाने के लिए प्रेस करें बेल आइकन को। ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ ਤੇ ਬੁਲੇਟਿਨ ਦੀ ਸ਼ੁਰੂਆਤ ਵਿੱਚ ਇੱਕ ਨਜ਼ਰ ਮਾਰ ਲੈਂਦੇ ਹਾਂ ਹੁਣ ਤੱਕ ਦੀਆਂ ਖਾਸ ਖਬਰਾਂ ਤੇ। ਜੰਮੂ ਕਸ਼ਮੀਰ ਵਿੱਚ ਫੜੇ ਗਏ ਲਸ਼ਕਰ ਦੇ ਅੱਤਵਾਦੀ ਨੇ ਪਾਕਿਸਤਾਨੀ ਹਮਾਇਤੀਆਂ ਦੇ ਮਾੜੇ ਪ੍ਰਚਾਰ ਦੀ ਖੋਲ੍ਹੀ ਪੋਲ। ਅੱਤਵਾਦੀ ਛੋਟਾ ਦੁਜਾਨਾ ਨੇ ਮੀਡੀਆ ਸਾਹਮਣੇ ਕਿਹਾ ਕਿ ਪਾਕਿਸਤਾਨ ਵਿੱਚ ਵਿਖਾਇਆ ਜਾਂਦਾ ਹੈ ਕਸ਼ਮੀਰ ਦਾ ਵਿਗੜਿਆ ਅਕਸ। ਭਾਰਤ ਦੇ ਮੁੱਖ ਜੱਜ ਰੰਜਨ ਗੋਗੋਈ ਖਿਲਾਫ ਲੱਗੇ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਦਾ ਮਾਮਲਾ ਸੁਪਰੀਮ ਕੋਰਟ ਦੇ ਸਾਬਕਾ ਜੱਜ ਏ.ਕੇ. ਪਟਨਾਇਕ ਕਰਨਗੇ ਮਸਲੇ ਦੀ ਜਾਂਚ ਪੜਤਾਲ। ਕਾਂਗਰਸ ਵੱਲੋਂ ਪੰਜਾਬ ਦਫ਼ਤਰ ਲਈ ਜਨਰਲ ਸਕੱਤਰ ਦੇ ਅਹੁਦਿਆਂ ਲਈ ਦੋ ਨਾਵਾਂ ਦਾ ਐਲਾਨ। ਪ੍ਰੇਮ ਮਿੱਤਲ ਅਤੇ ਦਲਜੀਤ ਸਿੰਘ ਭੋਲਾ ਗਰੇਵਾਲ ਦੀ ਹੋਈ ਨਿਯੁਕਤੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਕਸ਼ਮੀਰ ਵਿੱਚ ਫੜੇ ਗਏ ਲਸ਼ਕਰ ਦੇ ਇੱਕ ਅੱਤਵਾਦੀ ਨੇ ਪਾਕਿਸਤਾਨੀ ਹਮਾਇਤੀਆਂ ਦੇ ਮਾੜੇ ਪ੍ਰਚਾਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਦੋ ਦਿਨ ਪਹਿਲਾਂ ਫੜੇ ਗਏ ਉਕਤ ਅੱਤਵਾਦੀ ਛੋਟਾ ਦੁਜਾਨਾ ਨੇ ਮੀਡੀਆ ਦੇ ਸਾਹਮਣੇ ਇਸ ਮਾੜੇ ਪ੍ਰਚਾਰ ਦਾ ਖੁਲਾਸਾ ਕੀਤਾ ਏ। ਉਸ ਨੇ ਦੱਸਿਆ ਕਿ ਕਿਸ ਤਰ੍ਹਾਂ ਬਾਹਰ ਦੇ ਨੌਜਵਾਨਾਂ ਨੂੰ ਭਾਰਤੀ ਫੌਜ ਦੇ ਅੱਤਿਆਚਾਰਾਂ ਦੀ ਝੂਠੀ ਕਹਾਣੀ ਸੁਣਾ ਕੇ ਬਹਿਕਾਇਆ ਜਾ ਰਿਹਾ ਏ। ਇਸ ਮਾੜੇ ਪ੍ਰਚਾਰ ਵਿੱਚ ਫਸ ਕੇ ਉਹ ਵੀ ਅੱਤਵਾਦੀ ਬਣ ਕੇ ਭਾਰਤ ਆਇਆ ਸੀ। ਲਸ਼ਕਰ ਦਾ ਇਹ ਪਾਕਿਸਤਾਨੀ ਅੱਤਵਾਦੀ ਮੁਹੰਮਦ ਵਕਾਰ ਉਰਫ ਆਕਿਬ ਉਰਫ ਵਕਾਸ ਛੋਟਾ ਦੁਜਾਨਾ ਦੋ ਦਿਨ ਪਹਿਲਾਂ ਉੱਤਰੀ ਕਸ਼ਮੀਰ ਦੇ ਪਟਨ ਕੋਲ ਵਿਸ਼ੇਸ਼ ਸੂਚਨਾ ਦੇ ਆਧਾਰ ਤੇ ਫੜਿਆ ਗਿਆ ਸੀ। ਉਹ ਕੋਈ ਮਾਮੂਲੀ ਅੱਤਵਾਦੀ ਨਹੀਂ ਹੈ। ਉਸ ਦਾ ਫੜਿਆ ਜਾਣਾ ਸੁਰੱਖਿਆ ਫੋਰਸਾਂ ਲਈ ਬਹੁਤ ਅਹਿਮ ਹੈ ਕਿਉਂਕਿ ਉਹ ਲਸ਼ਕਰ ਕਮਾਂਡਰ ਅਤੇ ਮੁੰਬਈ ਹਮਲੇ ਦੇ ਮਾਸਟਰ ਮਾਇੰਡ ਜੱਕੀ ਉਰ ਰਹਿਮਾਨ ਲਖਵੀ ਦੇ ਘਰ ਵੀ ਰਹਿ ਚੁੱਕਾ ਹੈ। ਸ੍ਰੀਨਗਰ ਵਿਖੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ 27 ਸਾਲਾ ਛੋਟਾ ਦੁਜਾਨਾ ਨੇ ਕਿਹਾ ਕਿ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਸ਼ਮੀਰ ਵਿੱਚ ਭਾਰਤੀ ਫੌਜ ਔਰਤਾਂ ਦੇ ਨਾਲ ਗਲਤ ਕੰਮ ਕਰਦੀ ਹੈ ਅਤੇ ਵਧੀਕੀਆਂ ਵੀ ਕਰਦੀ ਹੈ। ਅਜਿਹੀਆਂ ਗੱਲਾਂ ਸੁਣ ਕੇ ਮੈਂ ਵੀ ਜਿਹਾਦ ਲਈ ਕਸ਼ਮੀਰ ਆ ਗਿਆ। ਵਾਦੀ ਵਿੱਚ ਬੀਤੇ ਪੌਣੇ 2 ਸਾਲ ਦੇ ਆਪਣੇ ਤਜਰਬੇ ਬਾਰੇ ਦੱਸਦਿਆਂ ਉਸਨੇ ਕਿਹਾ ਕਿ ਮੈਂ ਇੱਥੇ ਨਾ ਤਾਂ ਕਿਸੇ ਫੌਜੀ ਨੂੰ ਕਿਸੇ ਮੁਸਲਮਾਨ ਦੇ ਘਰ ਡੇਗਦਿਆਂ ਦੇਖਿਆ ਹੈ ਅਤੇ ਨਾ ਹੀ ਕਿਸੇ ਔਰਤ 'ਤੇ ਜ਼ੁਲਮ ਕਰਦਿਆਂ। ਮੈਨੂੰ ਦੱਸਿਆ ਗਿਆ ਸੀ ਕਿ ਕਸ਼ਮੀਰ ਵਿੱਚ ਮੁਸਲਮਾਨਾਂ 'ਤੇ ਜ਼ੁਲਮ ਬਹੁਤ ਹੁੰਦੇ ਨੇ। ਲਸ਼ਕਰ ਵੱਲੋਂ ਪਾਕਿਸਤਾਨ ਵਿੱਚ ਕਸ਼ਮੀਰੀਆਂ 'ਤੇ ਦੱਸੀਆਂ ਗਈਆਂ ਜ਼ੁਲਮ ਦੀਆਂ ਕਹਾਣੀਆਂ ਇੱਥੇ ਝੂਠੀਆਂ ਨਿਕਲੀਆਂ। ਉਸਨੇ ਇਹ ਵੀ ਕਿਹਾ ਹੈ ਕਿ ਮੈਂ ਕਿਸੇ ਅੱਤਵਾਦੀ ਕਾਰਵਾਈ ਵਿੱਚ ਕਦੇ ਵੀ ਹਿੱਸਾ ਨਹੀਂ ਲਿਆ। ਮੈਂ ਇੱਥੋਂ ਦੇ ਹਾਲਾਤ ਵੇਖ ਕੇ ਹੈਰਾਨ ਹਾਂ ਕਿਉਂਕਿ ਜੋ ਕੁਝ ਮੈਨੂੰ ਪਾਕਿਸਤਾਨ ਵਿੱਚ ਦੱਸਿਆ ਜਾਂਦਾ ਸੀ ਉਹ ਜਿਹਾ ਇੱਥੇ ਕੁਝ ਵੀ ਨਹੀਂ। ਭਾਰਤ ਦੇ ਮੁੱਖ ਜੱਜ ਰੰਜਨ ਗੋਗੋਈ ਖਿਲਾਫ਼ ਲੱਗੇ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਦੀ ਜਾਂਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਏ.ਕੇ. ਪਟਨਾਇਕ ਕਰਨਗੇ। ਚੀਫ ਜਸਟਿਸ ਵਿਰੁੱਧ ਸਾਜ਼ਿਸ਼ ਦਾ ਦਾਅਵਾ ਵਕੀਲ ਉਤਸਵ ਸਿੰਘ ਬੈਂਸ ਨੇ ਕੀਤਾ ਏ। ਵਕੀਲ ਨੇ ਕਿਹਾ ਕਿ ਸੁਪਰੀਮ ਕੋਰਟ ਵਿੱਚ ਅਜਿਹੇ ਫਿਕਰਸ ਮੌਜੂਦ ਨੇ ਜੋ ਸੁਣਵਾਈ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਨੇ। ਅਦਾਲਤ ਨੇ CBI, IB ਤੇ ਦਿੱਲੀ ਪੁਲਿਸ ਨੂੰ ਜਾਂਚ ਵਿੱਚ ਸਹਿਯੋਗ ਲਈ ਕਿਹਾ ਏ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਸਟਿਸ ਪਟਨਾਇਕ ਦੀ ਜਾਂਚ ਦੇ ਨਤੀਜੇ ਚੀਫ ਜਸਟਿਸ ਵਿਰੁੱਧ ਸ਼ਿਕਾਇਤ ਦੀ ਜਾਂਚ ਕਰਨ ਲਈ ਅੰਦਰੂਨੀ ਜਾਂਚ ਕਮੇਟੀ ਨੂੰ ਪ੍ਰਭਾਵਿਤ ਨਹੀਂ ਕਰਨਗੇ। ਇਹ ਜਾਂਚ ਚੀਫ ਜਸਟਿਸ ਰੰਜਨ ਗੋਗੋਈ ਦੇ ਖਿਲਾਫ਼ ਬਰਖਾਸਤ ਮਹਿਲਾ ਕਰਮਚਾਰੀ ਵੱਲੋਂ ਲਾਏ ਜਿਨਸੀ ਸ਼ੋਸ਼ਣ ਨਾਲ ਸੰਬੰਧਿਤ ਹੈ। ਇਸ 'ਤੇ ਸੁਪਰੀਮ ਕੋਰਟ ਦੇ ਵਕੀਲ ਉਤਸਵ ਸਿੰਘ ਬੈਂਸ ਨੇ ਦਾਅਵਾ ਕੀਤਾ ਸੀ ਕਿ ਚੀਫ ਜਸਟਿਸ ਰੰਜਨ ਗੋਗੋਈ ਨੂੰ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਵਿੱਚ ਫਸਾਉਣ ਲਈ ਵੱਡੀ ਸਾਜ਼ਿਸ਼ ਰਚੀ ਗਈ ਹੈ। ਉਸਨੇ ਕਿਹਾ ਸੀ ਕਿ ਇਸ ਸਾਜ਼ਿਸ਼ ਵਿੱਚ ਕੋਰਟ ਦੇ ਸਿਸਟਮ ਵਿੱਚ ਮੌਜੂਦ ਫਿਕਸਰ, 3 ਬਰਖਾਸਤ ਕਰਮਚਾਰੀ ਅਤੇ ਕਾਰਪੋਰੇਟ ਜਗਤ ਦੇ ਕੁਝ ਲੋਕ ਵੀ ਸ਼ਾਮਲ ਨੇ। ਕਾਂਗਰਸ ਵੱਲੋਂ ਪੰਜਾਬ ਦਫ਼ਤਰ ਦੇ ਲਈ ਜਨਰਲ ਸਕੱਤਰ ਦੇ ਅਹੁਦਿਆਂ ਲਈ ਦੋ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਨ੍ਹਾਂ ਵਿੱਚ ਪ੍ਰੇਮ ਮਿੱਤਲ ਅਤੇ ਦਲਜੀਤ ਸਿੰਘ ਭੋਲਾ ਗਰੇਵਾਲ ਨੂੰ ਇਨ੍ਹਾਂ ਅਹੁਦਿਆਂ ਲਈ ਨਿਯੁਕਤ ਕੀਤਾ ਗਿਆ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਆਦੇਸ਼ਾਂ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਪ੍ਰੇਮ ਮਿੱਤਲ ਅਤੇ ਦਲਜੀਤ ਸਿੰਘ ਭੋਲਾ ਗਰੇਵਾਲ ਨੂੰ ਜਨਰਲ ਸਕੱਤਰ ਬਣਾ ਕੇ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਦੱਸਣਯੋਗ ਹੈ ਕਿ ਹਾਲ ਹੀ ਵਿੱਚ ਮਾਨਸਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਵੱਲੋਂ ਆਪਣੇ ਸੈਂਕੜੇ ਸਾਥੀਆਂ ਸਮੇਤ ਆਲ ਇੰਡੀਆ ਕਾਂਗਰਸ ਭਵਨ ਦਿੱਲੀ ਵਿਖੇ ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਅਗਵਾਈ ਹੇਠ ਕਾਂਗਰਸ ਵਿੱਚ ਸ਼ਾਮਲ ਕੀਤਾ ਗਿਆ ਸੀ।
ਪੰਜਾਬ ਵਿੱਚ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਬਾਬਤ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਡਾਕਟਰ ਐਸ ਕਰੁਣਾ ਰਾਜੂ ਨੇ ਜਾਣਕਾਰੀ ਸਾਂਝੀ ਕੀਤੀ। ਡਾਕਟਰ ਐਸ ਕਰੁਣਾ ਰਾਜੂ ਨੇ ਦੱਸਿਆ ਕਿ 27 ਅਤੇ 28 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਵਾਏ ਜਾ ਸਕਣਗੇ। ਉਹਨਾਂ ਦੇ ਮੁਤਾਬਕ 27 ਅਪ੍ਰੈਲ ਜੋ ਕਿ ਮਹੀਨੇ ਦਾ ਚੌਥਾ ਸ਼ਨੀਵਾਰ ਹੈ, ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ 1881 ਅਧੀਨ ਛੁੱਟੀ ਵਾਲਾ ਦਿਨ ਹੈ, ਜਿਸ ਦੇ ਕਾਰਨ ਨਾਮਜ਼ਦਗੀ ਪੱਤਰ ਨਹੀਂ ਲਏ ਜਾਣਗੇ। ਇਸ ਤੋਂ ਇਲਾਵਾ 28 ਅਪ੍ਰੈਲ ਜੋ ਕਿ ਐਤਵਾਰ ਛੁੱਟੀ ਵਾਲਾ ਦਿਨ ਹੈ, ਇਸ ਕਾਰਨ ਵੀ ਇਸ ਦਿਨ ਵੀ ਨਾਮਜ਼ਦਗੀ ਪੱਤਰ ਨਹੀਂ ਲਏ ਜਾਣਗੇ। ਉਹਨਾਂ ਦੱਸਿਆ ਕਿ ਨਾਮਜ਼ਦਗੀਆਂ ਦਾਖਲ ਕਰਨ ਦੇ ਤੀਸਰੇ ਦਿਨ ਤੱਕ ਉਹਨਾਂ ਨੂੰ 115 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਨੇ। ਇਸ ਦੌਰਾਨ ਦੱਸਿਆ ਕਿ ਪੰਜਾਬ ਵਿੱਚ 96% ਅਸਲਾ ਵੀ ਜਮ੍ਹਾਂ ਕਰਵਾ ਲਿਆ ਗਿਆ ਹੈ। ਇਸ ਤੋਂ ਇਲਾਵਾ ਨਸ਼ਾ ਅਤੇ ਨਕਦੀ ਦੀ ਬਰਾਮਦਗੀ ਬਾਰੇ ਵੀ ਉਹਨਾਂ ਅੰਕੜੇ ਜਨਤਕ ਕੀਤੇ। 22 ਤਾਰੀਖ ਤੋਂ ਬਾਅਦ 22 ਅਪ੍ਰੈਲ ਤੋਂ ਬਾਅਦ ਅੱਜ ਤੱਕ ਨਾਮੀਨੇਸ਼ਨ ਦਾ ਸਥਿਤੀ ਇਸ ਪ੍ਰਕਾਰ ਹੈ। ਟੋਟਲ ਸਟੇਟ ਦੇ ਵਿੱਚ ਸਭੀ 13 ਪਾਰਲੀਮੈਂਟ ਹਲਕਾ ਦੇ ਵਿੱਚ 107 ਨਾਮੀਨੇਸ਼ਨ ਹਾਲੇ ਤੱਕ ਸਾਨੂੰ ਮਿਲਿਆ ਹੈ। ਟੋਟਲ ਸੀਟਸ ਕਈ ਵਾਰ ਦੋ ਦੋ ਵੀ ਦੇ ਦਿੰਦੇ ਹੈ। 115 ਸੀਟਸ ਸਾਨੂੰ ਨਾਮੀਨੇਸ਼ਨ ਪੇਪਰਸ ਦਾ ਸਬਮਿਸ਼ਨ ਹੋਇਆ ਹੈ। ਅਭੀ ਤੱਕ ਲੇਟੈਸਟ ਰਿਕਵਰੀ ਪੋਜੀਸ਼ਨ ਇਸ ਪ੍ਰਕਾਰ ਕੀ ਹੈ। ਆਰਮਸ ਡਿਪੋਜੀਸ਼ਨ ਸਾਡੇ ਸਟੇਟ ਦੇ ਵਿੱਚ 96% ਹੋ ਗਿਆ ਹੈ, ਔਰ ਲਿਕਰ ਹੈ ਜੋ ਸੀਜ਼ਰ ਕੀਤਾ ਗਿਆ ਹੈ, 9.3 ਲੈਕ ਲੀਟਰਸ ਦਾ ਲਿਕਰ ਦਾ ਸੀਜ਼ਰਸ ਹੋਇਆ ਹੈ, ਔਰ ਡਰੱਗਸ ਐਂਡ ਰਿਲੇਟਡ ਆਈਟਮਸ ਜਿਤਨਾ ਵੀ ਹੈ 7 ਟਨ ਹੈ, 7.3 ਟਨਸ ਕਾ ਸੀਜ਼ਰਸ ਹੋਇਆ ਹੈ। ਕੈਸ਼ ਦੀ ਹੈ ਟੋਟਲ ਸਾਡੇ ਕੋਲ ਲਗਭਗ 25 ਕਰੋੜ ਦੀ ਕੈਸ਼, ਗੋਲਡ ਆਰਨਮੈਂਟ ਸਾਰੀਆਂ ਦੀ ਵੈਲਿਊ 25 ਕਰੋੜ ਦੀ ਹੋ ਗਈ। ਇਸ ਪ੍ਰਕਾਰ 235 ਕਰੋੜ ਦੀ ਜੋ ਸੀਜ਼ਰਸ ਦੀ ਵੈਲਿਊ ਹੈ, ਵੈਲਿਊਬਲਸ ਦਾ ਸੀਜ਼ਰਸ ਕੀਤਾ ਗਿਆ ਪੰਜਾਬ ਦੇ। ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਆਮ ਆਦਮੀ ਪਾਰਟੀ ਛੱਡਣ ਤੋਂ ਮਗਰੋਂ ਹੁਣ ਪੰਜਾਬ ਵਿਧਾਨ ਸਭਾ ਛੱਡਣ ਦਾ ਵੀ ਫੈਸਲਾ ਕਰ ਲਿਆ ਏ। ਮਾਨਸ਼ਾਹੀਆ ਨੇ ਆਪਣਾ ਲਿਖਤੀ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਭੇਜ ਦਿੱਤਾ ਏ। ਇਸ ਦਾ ਮਤਲਬ ਹੁਣ ਮਾਨਸਾ ਵਿੱਚ ਵੀ ਜ਼ਿਮਨੀ ਚੋਣ ਹੋਵੇਗੀ। ਮਾਨਸ਼ਾਹੀਆ ਨੂੰ ਵੀਰਵਾਰ ਸਵੇਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿੱਚ ਕਾਂਗਰਸ ਵਿੱਚ ਸ਼ਾਮਲ ਕੀਤਾ ਸੀ। ਪੰਜਾਬ ਵਿੱਚ ਹੁਣ ਆਮ ਆਦਮੀ ਪਾਰਟੀ ਦੇ 20 ਵਿੱਚੋਂ 4 ਵਿਧਾਇਕ ਪਾਰਟੀ ਬਦਲ ਚੁੱਕੇ ਨੇ ਜਾਂ ਛੱਡ ਚੁੱਕੇ ਨੇ। ਹਰਵਿੰਦਰ ਸਿੰਘ ਫੂਲਕਾ, ਸੁਖਪਾਲ ਸਿੰਘ ਖਹਿਰਾ, ਮਾਸਟਰ ਬਲਦੇਵ ਸਿੰਘ ਅਤੇ ਹੁਣ ਨਾਜਰ ਸਿੰਘ ਮਾਨਸ਼ਾਹੀਆ ਵੀ ਆਪ ਨੂੰ ਅਲਵਿਦਾ ਕਹਿ ਚੁੱਕੇ ਨੇ। ਪੰਥ ਵਿੱਚੋਂ ਛੇਕੇ ਜਾਣ ਤੋਂ ਬਾਅਦ ਭਾਵੇਂ ਅਕਾਲੀ ਦਲ ਵੱਲੋਂ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ ਸੀ, ਪਰ ਬਾਵਜੂਦ ਇਸ ਦੇ ਲੰਗਾਹ ਅਕਾਲੀ ਭਾਜਪਾ ਲਈ ਚੋਣ ਪ੍ਰਚਾਰ ਵਿੱਚ ਡਟੇ ਹੋਏ ਨੇ। ਲੰਗਾਹ ਨੇ ਅਕਾਲੀ ਵਰਕਰਾਂ ਦਾ ਇੱਕ ਇਕੱਠ ਕੀਤਾ, ਜਿਸ ਦੌਰਾਨ ਉਹਨਾਂ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਤਿੱਖਾ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਰੰਧਾਵਾ ਉਹਨਾਂ ਦੀ ਫਿਲਮ ਦੀ ਗੱਲ ਕਰਦੇ ਨੇ, ਪਰ ਉਹ ਖੁਦ ਦੱਸਣ ਕਿ ਉਹਨਾਂ ਦੇ ਘਰ ਜੋ ਫਿਲਮ ਬਣੀ ਸੀ ਉਸ ਦਾ ਵੀਡੀਓ ਕਦੋਂ ਰਿਲੀਜ਼ ਹੋਵੇਗਾ। ਉਹਨਾਂ ਰੰਧਾਵਾ ਨੂੰ ਚੁਣੌਤੀ ਵੀ ਦਿੱਤੀ ਕਿ ਉਹ ਖਿਲਾਫ਼ ਉਹਨਾਂ ਦੇ ਡਟ ਜਾਣਗੇ। ਮੈਂ ਉਹ ਕਹਿਣਾ ਚਾਹੁੰਦਾ ਵਾਂ ਕਿ ਬਾਰ ਬਾਰ ਇਹ ਮੇਰੀ ਵੀਡੀਓ ਦੀ ਗੱਲ ਕਰਦਾ ਵਾ, ਇਹ ਸੁਖੀ ਰੰਧਾਵਾ ਜਿਹੜਾ ਇਸ ਹਲਕੇ ਦਾ ਮਨਿਸਟਰ ਹੈ, ਇਹਦੇ ਘਰ ਵੀ ਇੱਕ 98 ਦੇ ਵਿੱਚ ਵੀਡੀਓ ਬਣੀ ਸੀ, ਉਹਦੇ ਵਿੱਚ ਗਨਮੈਨ ਦੀ ਜਿਹੜਾ ਹਥਿਆਰ ਆ ਉਹ ਵੀ ਇਹਨਾਂ ਦੇ ਕੋਲ ਹੈ ਜੇ, ਉਹਦੇ 'ਤੇ ਪਰਚਾ ਕਰਾਤਾ, ਉਹ ਵਿਚਾਰਾ ਡਿਸਮਿਸ ਹੋ ਗਿਆ, ਭੁੱਖ ਦੇ ਧੱਕੇ ਖਾਂਦਾ ਫਿਰਦਾ ਵਾ, ਅਤੇ ਮੈਂ ਸਮਝਣਾ ਵੀਡੀਓ ਜਿਹੜੀ ਆ ਰਿਲੀਜ਼ ਕਰਨ ਦਾ ਬੜਾ ਮਾਹਰ ਆ, ਅਤੇ ਉਹ ਰਿਲੀਜ਼ ਕਦੋਂ ਕਰੇਗਾ, ਜਾਂ ਕੈਪਟਨ ਸਾਹਿਬ ਤੁਸੀਂ ਕਰਵਾ ਦਿਓ, ਅਤੇ ਜੇ ਨਹੀਂ ਤਾਂ ਫਿਰ ਅਸੀਂ ਬਾਈ ਚਾ ਕੇ ਅਸੀਂ ਕਰਵਾਵਾਂਗੇ। ਇਹ ਤਾਂ 2 ਸਾਲ ਨੇ, ਅਤੇ 2 ਸਾਲਾਂ 'ਚ ਜੇ ਮੈਂ ਮਰ ਗਿਆ ਤਾਂ ਤੈਨੂੰ ਜੇਲ੍ਹ 'ਚ ਪੁੱਤ ਖੜਾਂਗਾ, ਜੇ ਜਿੰਦਾ ਰਿਹਾ ਤਾਂ ਤੇਰੀ ਹਿੱਕ ਤੇ ਬਵਾਂਗਾ। ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਲੰਗਾਹ ਵੱਲੋਂ ਅਕਾਲੀ ਦਲ ਲਈ ਪ੍ਰਚਾਰ ਕਰਨ ਦੇ ਮਸਲੇ ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਸੁੱਚਾ ਸਿੰਘ ਲੰਗਾਹ ਨੂੰ ਪਾਰਟੀ ਵਿੱਚੋਂ ਪਹਿਲਾਂ ਹੀ ਕੱਢਿਆ ਜਾ ਚੁੱਕਾ ਹੈ, ਲਿਹਾਜ਼ਾ ਉਹ ਜੋ ਵੀ ਕਰਦੇ ਨੇ ਉਹਨਾਂ ਨਾਲ ਪਾਰਟੀ ਦਾ ਕੋਈ ਸੰਬੰਧ ਨਹੀਂ ਹੈ। ਮਜੀਠੀਆ ਨੇ ਨਾਜਰ ਸਿੰਘ ਮਾਨਸ਼ਾਹੀਆ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਮਾਮਲੇ ਤੇ ਕਿਹਾ ਕਿ ਹੌਲੀ ਹੌਲੀ ਖਹਿਰਾ ਵੀ ਕਾਂਗਰਸ ਵਿੱਚ ਹੀ ਸ਼ਾਮਲ ਹੋ ਜਾਣਗੇ। ਮਹਾਰਾਜ ਜੀ ਸਾਡੇ ਵਾਸਤੇ ਕੋਈ ਨਹੀਂ ਕਰ ਰਿਹਾ, ਅਕਾਲ ਤਖ਼ਤ ਜੋ ਆ ਹੁਣ ਤੁਸੀਂ ਕੁਝ ਕਰੀ ਜਾਓ ਉਹਦੇ ਲਈ ਮੈਂ ਨਹੀਂ ਨਾ ਕੁਝ ਕਰ ਸਕਦਾ ਜੀ, ਇਹ ਤਾਂ ਅਕਾਲ ਤਖ਼ਤ ਸਾਹਿਬ ਦਾ ਜੋ ਫੈਸਲਾ ਉਹ ਸਭ ਤੋਂ ਵੱਡਾ, ਔਰ ਇਸ 'ਤੇ ਤੁਸੀਂ ਸਾਨੂੰ ਨਾ ਇਹ ਉਹ ਸਵਾਲ ਦੇ ਸਵਾਰੀ ਆਪਦੇ ਸਮਾਨ ਲਈ ਆਪ ਜਿੰਮੇ ਆਪ ਦੱਸ ਸਕਦੇ, ਸਾਡੇ ਵੱਲੋਂ ਕੋਈ ਨਹੀਂ, ਸਾਡੀ ਤਾਂ ਪਾਰਟੀ 'ਚ ਵੀ ਨਹੀਂ, ਔਰ ਇਹ ਗੱਲ ਉਦੋਂ ਹੀ ਸਪਸ਼ਟ ਹੋ ਗਈ ਸੀ। ਇਸ ਲਈ ਜਿਹੜੇ ਇਸ ਨੂੰ ਕੰਟਰੋਵਰਸੀ ਬਣਾਉਣਾ ਚਾਹੁੰਦੇ ਆ, ਮੈਂ ਉਹਨਾਂ ਨੂੰ ਪੁੱਛਦਾ ਜਿਹੜਾ ਉਹ ਜਿਹੜੇ ਉਹ ਆਪਦੀ ਗੱਲ ਦਾ ਜਵਾਬ ਦੇਣ ਜੋ ਕੀ ਕਰਦੇ, ਵੈਦਰ ਇਟ ਇਜ਼ ਨਾਜਰ ਸਿੰਘ ਮਾਨਸ਼ਾਹੀਆ, ਵੈਦਰ ਇਟ ਇਜ਼ ਮਿਸਟਰ ਖਹਿਰਾ, ਵੈਦਰ ਇਟ ਇਜ਼ ਆਪਣਾ ਫੂਲਕਾ ਜੀ, ਫੂਲਕਾ ਜੀ ਤਾਂ ਜੁਆਇੰਟ ਡੈਲੀਗੇਸ਼ਨ 'ਚ ਗਏ, ਇੱਕ ਪਾਸੇ ਕਹਿੰਦੇ ਜੀ ਕਾਂਗਰਸ ਨਾਲ ਸਮਝੌਤਾ ਹੁੰਦਾ ਤਾਂ ਮੈਂ ਛੱਡ ਦੂੰ, ਮੈਂ ਤਾਂ ਹੈਰਾਨ ਹਾਂ ਜੀ,
कि एक बंदा इस्तीफा दे जाए तुसी चैनल वाले इस्तीफा तां वेख विखाओ किसे आप दे चैनल तो लगू पता सवेरे कोई पौड़ियां ना चढ़न दो दफ्तर दियां इत्थे मजाक है दिंदे इस्तीफा ते अंदर आके सवाल पुछदे ते बाहर जाके कहिंदे मेरा इस्तीफा तीन वारी हो गया मैं विधानसभा दे स्पीकर साहब नूं कहा मैं कहा ये मजाक की बनाया तुसी संविधान का मजाक उड़ा रहे और फिर वो जॉइंट डेलीगेशन लैके जाते दिल्ली फिर कहिंदे मेरा कांग्रेस नाल कोई लेना देना नहीं जगदीश टाइटलर सज्जन कुमार नूं जे अज तक सज़ा नहीं हुई तो वह फूलका साहब जिहड़ा रल के खेडदे सी अज मैं दुख नाल कहिंदा मैनूं वह बू भी इहदे च आउंदी है जे तुसी रल के उहनां नाल पौड़ियां चढ़दे हो इसलिए यह सारिआं दा जिहड़ा पर्दाफाश हो रहा हौली हौली रब वल्लों ते उस परमात्मा की बख्शिश है लोगों की कचहरी अज सारिआं दे चेहरे नंगे होंदे जांदे अज तक कल्ले मानशाइया साहब गए आ हौली हौली वेख्यो ये जिहड़े खहरा साहब ने यह वक्खरी पार्टी की है ना ये खहरा साहब भी उधर ही जा उधर तख्त श्री केसगढ़ साहिब के जथेदार ज्ञानी रघुवीर सिंह ने पंथ विचों शेके सुच्चा सिंह लंगा वालों सियासी जलसे करन अते लोकां वालों उस नाल कीते जा रहे वर्त वर्ताव के मामले ते प्रतिक्रिया दिती है उन्होंने तागीद करदिआं कहा है कि पंथ विचों शेके किसी भी व्यक्ति दे नाल संगतां नूं मिलवर्तन नहीं करना चाहिए देखो जी सुच्चा सिंह लंगा नूं पिछले समय उन्हें जो बज्जर कुरैत की है वो चलदिआं उन्हूं पंथ विचों शेकिया गया और पिछले समय जो श्री अकाल तख्त साहब जी के ध्यान में लिया गया यह मसला कि वो लोगों के विचर के तो चोन प्रचार कर रहा या चोन जलसे वगैरह जो भी वो कर रहा लोगों के विचर के क्योंकि पंथ में शेकिया हुए व्यक्ति दे नाल मेल जोल कर और हर तरफ तो हर पक्ष तो बाईकाट करने वास्ते कहा जाता है जो लोग वो कोई किसी प्रकार का मेल मिलाप कर रहे हैं उन्होंने वो बिल्कुल मेल मिलाप बिल्कुल नहीं करना चाहिए क्योंकि पंथ विचों शेकिया हुआ व्यक्ति वो सिख नहीं जब तक वो दोबारा अपनी गलती नूं मन के ते दरखास्त नहीं दिंदा पंथ शामिल होने वास्ते जो लोग वो सहयोग करते हैं उन्होंने बिल्कुल वह सहयोग नहीं करना चाहिए पंजाब एकता पार्टी के आगू सुखपाल सिंह खहरा ने पंजाब सरकार ते तिखे निशाने साधे ने उन्हें कहा है कि पंजाब विच इस वेले सरकार नाम की कोई चीज़ नहीं उन्हें भी कहा कि पंजाब सरकार ने लोगों के नाल कीता एक भी वादा पूरा नहीं किया इस दे कारण लोग सरकार तो तंग ने काबले जिक्र है कि सुखपाल सिंह खहरा अमृतसर के CPI उम्मीदवार के नामजदगी पत्र दाखिल करवाने लई पहुंचे हुए सन एक दो शब्दों ते यही कह सकदा कि कोई पुछण गिछण वाला ही नहीं हाहाकार मची हुई आ किसान ते खेत मजदूर आत्महत्या कर रहे हैं इंपलॉइज़ धरनिया ते बैठे हुए ने जिहड़े साडे बेरोज़गार बच्चे लखां जां तां ओह देश छड्ड के भज गए ने विदेशां च ते जां ओह चिट्टे दे लाते ना दी मेहरबानी नाल जगीरदारां ते प्राइवेट जिहड़े रवायती पार्टियां ने हर पासे अज पंजाब दे जिहड़े नागरिक ने ओह हताश ने को असीं अपनी पूरी चाराजोई कर रहे हैं कि वोट तां लोकां ने पाउणियां ने सानूं पूरन आस है कि असीं अच्छी परफॉर्मेंस देंगे तो जे फिर भी लोगों ने कांग्रेस से अकाली दल नूं वोट पाउणी फिर उन्हां दी इच्छा फिर धरनिया ते बैठने लई तैयार रहन ते कुट खाण वास्ते भी तैयार रहन ते परचे झूठे करवाउण वास्ते भी तैयार रहन राज्यसभा मैंबर प्रताप सिंह बाजवा ने एक बार फिर कैप्टन विरोधी रवैया दिखाया है अते कैप्टन अमरिंदर सिंह नूं घेरन की कोशिश की है बाजवा ने ट्वीट किया कि मैं राहुल गांधी जी के फैसले का स्वागत करता हाँ पार्टी हाईकमांड वालों पंजाब के मंत्रियों अते विधायकों नूं मिशन 13 लई जिम्मेवार बनाया गया है पर अखीर विच स्टेट लीडरशिप नूं भी जिम्मेवार बनाया जाना चाहिए है उन्हां नूं मिसाल पेश करनी चाहिए है ते जेकर अजिहा नहीं कर सकते तो दूजियां नूं शोभा वधाउण दा मौका दे देण इस राही बाजवा ने एक बार फिर कैप्टन अमरिंदर सिंह ते निशाना साधन की कोशिश की है इत्थे दस दईए कि कांग्रेस हाईकमान ने अपने मंत्रियों अते विधायकों नूं चेतावनी दी है कि जेकर लोकसभा चोणां विच उह अपने खेतरां विच सही कारगुजारी नहीं दिखा सकणगे तां उहनां दे खेतर तों कांग्रेस पार्टी दा उम्मीदवार हारिया तां उहनां दा अहुदा खो लिया जाएगा अजिहे विच कांग्रेस दे मिशन 13 दा सारा भार हुण सूबे दे नेतावां ते ही है पटियाला तो नवा पंजाब पार्टी के उम्मीदवार डॉक्टर धर्मवीर गांधी ने पंजाब के मुख्यमंत्री कैप्टन अमरिंदर सिंह ते निशाना साध्या कहा है कि साडा मुकाबला महिला वालियां नाल है उन्हें कहा है कि मेरा मुकाबला परनीत कौर नाल है पत्रकारों वालों पूछे गए सवाल के जवाब विच गांधी ने कहा कि कैप्टन ने डिक्टेटर पुणे वाला बयान दिता है ते फौजी पुणा विखा के अपने मंत्रियों नूं डरा के चोणां लड़वा रहे ने उन्हें भी कहा है कि कैप्टन सूबे के लोगों तो अपने दबदबे नाल वोटां लैणियां चाहुंदे ने उन्होंने मुताबिक कैप्टन वालों दहशत फैला के माहौल खराब किया जा रहा है उन्हें भी कहा है कि वह इसकी शिकायत चोण कमिशन नूं करनगे आदेश है मैं लगता उन्होंने एक फौजी बोल पिया जिम्मे फौज वाले हुक्म करते है ये लोकतंत्र हैगा हरेक नु हक है अपने अपने MLA तक जो चुने हुए नुमाइंदे लोगों के 1.5 लाख लोगों के चुने नुमाइंदे ने उन्होंने इस तरह दबके लाने और मजबूर करना इसका मतलब है उन्होंने कहे हर हीले वोटा पवाओ
ਜਿਸਦਾ ਹੀਲੇ ਪਰ ਕੋਈ ਵੀ ਹੋ ਸਕਦੇ ਆ, ਦਾਬਾ ਤਾਂ ਜਿਵੇਂ ਪਰਚੇ ਕਰਵਾਉਂਦੇ ਨੇ ਐੱਮ ਐੱਲ ਏ ਲੋਕਾਂ ਦੇ ਝੂਠੇ ਕੇਸ ਬਣਵਾਉਂਦੇ ਨੇ, ਜਾਂ ਜਿੱਥੇ ਸਾਡੀ ਗੱਡੀ ਖੜ੍ਹਦੀ ਹੈ ਉਹ ਘਰ ਵਾਲਾ ਕਹਿੰਦਾ ਗੱਡੀ ਨਾ ਖੜ੍ਹੀ ਕਰੋ, ਜੇ ਸਾਨੂੰ ਕਾਂਗਰਸ ਨੂੰ ਪਤਾ ਲੱਗ ਗਿਆ ਸਾਡੇ ਘਰ 'ਤੇ ਪਰਚਾ ਕਰਾ ਦੂਗਾ। ਸੋ ਉਹਦਾ ਇਹਨਾਂ ਦਾ ਐੱਮ ਐੱਲ ਏ ਰਾਹੀਂ ਜਾਂ ਕੌਂਸਲਰ ਰਾਹੀਂ ਉਹ ਦਹਿਸ਼ ਦਾ ਮਾਹੌਲ ਕਾਇਮ ਕਰਨਾ ਚਾਹੁੰਦੇ ਕੈਪਟਨ ਅਮਰਿੰਦਰ ਸਿੰਘ, ਜਿਹੜਾ ਕਿ ਗੈਰ ਕਾਨੂੰਨੀ ਆ, ਗੈਰ ਜਮਹੂਰੀ ਆ, ਔਰ ਇੱਕ ਡਿਕਟੇਟਰਾਨਾ ਹੁਕਮ ਹੈਗਾ ਆ ਜਿਹੜਾ ਸਾਨੂੰ ਕਿਤੇ ਹੀ ਮਨਜ਼ੂਰ ਨਹੀਂ ਹੈਗਾ। ਔਰ ਅੱਜ ਤਾਂ ਮੈਂ ਤਾਂ ਇਸ ਗੱਲ ਦੀ ਇਲੈਕਸ਼ਨ ਕਮਿਸ਼ਨ ਨੂੰ ਕਹੂੰਗਾ ਕਿ ਕੀ ਪੰਜਾਬ ਦਾ ਸੀਐਮ ਇੱਦਾਂ ਦਾ ਆਰਡਰ ਕਰ ਸਕਦਾ, ਇੱਦਾਂ ਦੀ ਜਿਹੜੀ ਮਤਲਬ ਜਿਹਨੂੰ ਮੈਂ ਕਹੂੰਗਾ ਭੱਦੀ ਬਿਆਨਬਾਜ਼ੀ ਕਰ ਸਕਦੇ ਹੈਗੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੈਸ਼ਨਲ ਟੈਸਟਿੰਗ ਏਜੰਸੀ NTA ਵੱਲੋਂ MBBS ਕੋਰਸ ਵਿੱਚ ਦਾਖਲੇ ਲਈ ਰਾਸ਼ਟਰੀ ਯੋਗਤਾ ਕੰਮ ਪ੍ਰਵੇਸ਼ ਪ੍ਰੀਖਿਆ NEET ਲਈ ਧਾਰਮਿਕ ਚਿੰਨ੍ਹ ਧਾਰਨ ਕਰਨ ਵਾਲੇ ਉਮੀਦਵਾਰਾਂ ਨੂੰ ਬਾਕੀਆਂ ਨਾਲੋਂ 1.5 ਘੰਟਾ ਪਹਿਲਾਂ ਪ੍ਰੀਖਿਆ ਕੇਂਦਰ ਵਿੱਚ ਸੱਦਣ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਇਸ ਹੁਕਮ ਨੂੰ ਸੰਵਿਧਾਨਕ ਵਿਵਸਥਾਵਾਂ ਦੀ ਉਲੰਘਣਾ ਦੱਸਦਿਆਂ ਘੱਟ ਗਿਣਤੀਆਂ ਨਾਲ ਸਪਸ਼ਟ ਵਿਤਕਰਾ ਕਰਾਰ ਦਿੱਤਾ ਹੈ। ਜਾਰੀ ਕੀਤੇ ਇੱਕ ਬਿਆਨ ਵਿੱਚ DSGMC ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਇਹ ਜਾਣ ਕੇ ਹੈਰਾਨੀ ਹੋਈ ਹੈ ਕਿ NTA ਨੇ ਅਜਿਹੇ ਨਿਯਮ ਤਿਆਰ ਕੀਤੇ ਨੇ ਜੋ ਨਾ ਸਿਰਫ ਸੰਵਿਧਾਨਕ ਵਿਵਸਥਾਵਾਂ ਦੀ ਉਲੰਘਣਾ ਨੇ ਬਲਕਿ ਪੂਰੀ ਤਰ੍ਹਾਂ ਗੈਰ ਲੋੜੀਂਦੇ, ਗੈਰ ਵਾਜਬ ਅਤੇ ਬਹੁਤ ਜ਼ਿਆਦਾ ਵਿਤਕਰੇ ਭਰਪੂਰ ਨੇ। ਉਹਨਾਂ ਦੇ ਮੁਤਾਬਕ ਜਦੋਂ ਵੀ ਅਜਿਹੀਆਂ ਪ੍ਰੀਖਿਆਵਾਂ ਆਉਂਦੀਆਂ ਨੇ ਤਾਂ ਇਹਨਾਂ ਦੀਆਂ ਤਰੀਕਾਂ ਦੇ ਨਿਯਮਾਂ ਦੇ ਐਲਾਨ ਦੇ ਨਾਲ ਫਿਰ ਤੋਂ ਘੱਟ ਗਿਣਤੀਆਂ ਨਾਲ ਵਿਤਕਰਾ ਸ਼ੁਰੂ ਹੋ ਜਾਂਦਾ ਹੈ। ਸਿਰਸਾ ਨੇ ਕਿਹਾ ਕਿ ਸੰਵਿਧਾਨ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਸਮਾਨਤਾ ਦਾ ਅਧਿਕਾਰ ਦਿੰਦਾ ਹੈ ਅਤੇ ਇਸ ਵਿੱਚ ਲੋਕਾਂ ਨੂੰ ਧਾਰਮਿਕ ਆਜ਼ਾਦੀ ਵੀ ਦਿੱਤੀ ਗਈ ਹੈ ਅਤੇ ਧਰਮ, ਜਾਤੀ, ਰੰਗ ਭੇਦ ਦੇ ਆਧਾਰ 'ਤੇ ਕਿਸੇ ਵੀ ਤਰ੍ਹਾਂ ਦੇ ਵਿਤਕਰੇ 'ਤੇ ਵੀ ਪਾਬੰਦੀ ਹੈ। ਸਿਰਸਾ ਦੇ ਮੁਤਾਬਕ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਏਜੰਸੀਆਂ ਦੇ ਮੋਢੇ 'ਤੇ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਵਿਵਸਥਾਵਾਂ ਨੂੰ ਲਾਗੂ ਕਰਨਾ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਹੈ, ਉਹ ਹਰ ਵਾਰ ਇਸ ਦੀਆਂ ਵਿਵਸਥਾਵਾਂ ਯਕੀਨੀ ਬਣਾਉਣ ਵਿੱਚ ਅਸਫਲ ਸਿੱਧ ਹੁੰਦੀਆਂ ਨੇ। ਇਸ ਦੌਰਾਨ ਸਿਰਸਾ ਅਤੇ DSGMC ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਮਨੁੱਖੀ ਸਰੋਤ ਵਿਕਾਸ ਮੰਤਰੀ ਸ਼੍ਰੀ ਪ੍ਰਕਾਸ਼ ਜਾਵੜੇਕਰ ਨੂੰ ਮਾਮਲੇ ਵਿੱਚ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਉਹ NTA ਦੇ ਵਿਤਕਰੇ ਭਰੇ ਨਿਯਮ ਤੁਰੰਤ ਰੱਦ ਕਰਵਾਉਣ। ਜੇਕਰ NTA ਨੇ ਵਿਵਾਦਗ੍ਰਸਤ ਨਿਯਮ ਵਾਪਸ ਲੈਣ ਵਿੱਚ ਅਸਫਲ ਰਹੀ ਤਾਂ ਫਿਰ ਸਿੱਖ ਪ੍ਰਤੀਨਿਧੀ ਜਥੇਬੰਦੀਆਂ ਕਾਰਵਾਈ ਕਰਨ ਲਈ ਮਜਬੂਰ ਹੋਣਗੀਆਂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਇਹਨੇ, ਹੁਣ ਤੁਸੀਂ ਮੈਨੂੰ ਯਾਨੀ ਮਨਦੀਪ ਕੌਰ ਖਾਲਸਾ ਨੂੰ ਦਿਵਾ ਗਿਆ। ਧੰਨਵਾਦ।